सत श्रीकाल दोस्तों मैं थोड़ा सार्थ् का अपने यूट्यूब चैनल पर बहुत बहुत स्वागत करता हाँ दोस्तों असं साइंस से इंपोर्टेंट एम सी क्यू फॉर ई टी टी सैकेंड पेपर एन एन टी एस ईस्कसन जा रहे हैं चैप्टर का ना है मगनैटिक इफैक्ट ऑफ इलैक्ट्रिक करंट वेरी वेरी इंपोर्टेंट टॉपिक है ਤੋ ਫਰੈਂਡਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਦੇ ਨਵੇਂ ਹੋਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂਕਿ ਹਾਇਰ ਕਮੇਟੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ ਤੋ ਇਸ ਦੇ ਨਾਲ ਹੀ ਸ਼ੁਰੂ ਕਰਦੇ ਹਾਂ ਸਾਇੰਸ ਇੰਪੋਰਟੈਂਟ ਐਮਸੀਕਿਊ ਜਿਸ ਦਾ ਫਰਸਟ ਕੁਐਸਚਨ ਹੈ ਛੜ ਚੁੰਬਕ ਦੇ ਬਾਹਰ ਚੁੰਬਕੀ ਬਲ ਰੇਖਾਵਾਂ ਆਪਸ਼ਨ ਹੈ ਦਕਨੀ ਦਰੁਪਤ ਤੋਂ ਸ਼ੁਰੂ ਹੋ ਕੇ ਉੱਤਰੀ ਦਰੁਪਤੇ ਖਤਮ ਹੁੰਦੀਆਂ ਹਨ ਸੈਕੰਡ ਆਪਸ਼ਨ ਹੈ ਉੱਤਰੀ ਦਰੁਪਤ ਤੋਂ ਸ਼ੁਰੂ ਹੋ ਕੇ ਪੂਰਵੀ ਦਰੁਪਤੇ ਖਤਮ ਹੁੰਦੀਆਂ ਹਨ ਜਾਂ ਆਪਸ਼ਨ 3rd ਹੈ ਉੱਤਰੀ ਦਰੁਪਤੇ ਸ਼ੁਰੂ ਹੋ ਕੇ ਦਕਨੀ ਦਰੁਪਤੇ ਖਤਮ ਹੁੰਦੀਆਂ ਹਨ ਜਾਂ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਤੁਸੀਂ ਰਾਈਟ ਆਨਸਰ ਹੈ ਜੀ ਆਪਸ਼ਨ ਸੀ ਉੱਤਰੀ ਦਰੁਪਤ ਤੋਂ ਸ਼ੁਰੂ ਹੋ ਕੇ ਦਕਨੀ ਦਰੁਪਤੇ ਖਤਮ ਹੁੰਦੇ ਹਨ ਜਿਸ ਤਰ੍ਹਾਂ ਸਾਡੇ ਕੋਲ ਜੀ ਇਹ ਸਾਡੇ ਕੋਲ ਇੱਕ ਚੁੰਬਕ ਹੈ ਇਸ ਦਾ ਨਾਰਥ ਪਾਰਟ ਹੈ ਔਰ ਇਹ ਸਾਊਥ ਹੈ ਇਹ ਉਤਰੀ ਦਰੁਪ ਤੋਂ ਲੈ ਕੇ ਦੱਖਣੀ ਦਰੁਪ ਤੇ ਖਤਮ ਹੁੰਦੀ ਹੈ ਉਤਰੀ ਦਰੁਪ ਤੋਂ ਲੈ ਕੇ ਦੱਖਣੀ ਦਰੁਪ ਤੇ ਖਤਮ ਹੁੰਦੀ ਹੈ ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 2 ਹੈ ਜੀ ਧਰਤੀ ਦੇ ਬਿਜਲੀ ਚੁੰਬਕ ਦਾ ਉਤਰੀ ਦਰੁਭ ਇਨ੍ਹਾਂ ਵਿੱਚੋਂ ਕਿਸ ਦਿਸ਼ਾ ਵੱਲ ਹੈ ਭੂਗੋਲਿਕ ਦੱਖਣ ਭੂਗੋਲਿਕ ਪੂਰਬ ਭੂਗੋਲਿਕ ਪੱਛਮ ਜਾਂ ਭੂਗੋਲਿਕ ਉੱਤਰ ਤੋਂ ਇਸ ਦਾ ਰਾਈਟ ਆਨਸਰ ਹੈ ਜੀ ਭੂਗੋਲਿਕ ਦੱਖਣ ਪ੍ਰਸ਼ਨ ਨੰਬਰ 3 ਨੇ ਫਿਊਜ਼ ਨੂੰ ਹਮੇਸ਼ਾ ਕਿਹੜੀ ਤਾਰ ਨਾਲ ਜੋੜਿਆ ਜਾਣਾ ਚਾਹੀਦਾ ਹੈ ਲਾਈਵ ਤਾਰ ਅਰਥ ਵਾਲੀ ਤਾਰ ਉਦਾਸੀਨ ਤਾਰ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤੋਂ ਇਸ ਦਾ ਰਾਈਟ ਆਨਸਰ ਹੈ ਜੀ ਲਾਈਵ ਤਾਰ ਦੇ ਨਾਲ ਕਵੈਸਚਨ ਨੰਬਰ 4 ਹੈ ਇੱਕ ਸਿੱਧੇ ਚਾਲਕ ਦੁਆਰਾ ਉਤਪੰਨ ਚੁੰਬਕੀਏ ਬਲ ਰੇਖਾਵਾਂ ਦਾ ਆਕਾਰ ਹੁੰਦਾ ਹੈ ਸਿੱਧੀਆਂ ਰੇਖਾਵਾਂ ਸਮ ਕੇਂਦਰੀ ਚੱਕਰ ਸਮਾਨੰਤ ਰੇਖਾਵਾਂ ਇਨ੍ਹਾਂ ਵਿੱਚੋਂ ਕੋਈ ਨਹੀਂ ਇਜ਼ ਦਾ ਰਾਈਟ ਆਨਸਰ ਇਜ਼ ਸਮ ਕੇਂਦਰੀ ਚੱਕਰ ਸਮ ਕੇਂਦਰੀ ਚੱਕਰ ਨੈਕਸਟ ਕੁਸ਼ਨ ਹੈ ਬਿਜਲੀ ਮੋਟਰ ਇੱਕ ਅਜੀਹਾ ਉਪਕਰਨ ਹੈ ਜਿਹੜਾ ਪਰਿਵਰਤਨ ਕਰਦਾ ਹੈ ਯੰਤਰੀ ਊਰਜਾ ਨੂੰ ਬਿਜਲੀ ਊਰਜਾ ਵਿੱਚ ਬਿਜਲੀ ਊਰਜਾ ਨੂੰ ਯੰਤਰੀ ਊਰਜਾ ਵਿੱਚ ਜਾਂ ਗਤੀ ਊਰਜਾ ਨੂੰ ਸਥਿਤੀਜ ਊਰਜਾ ਦੇ ਵਿੱਚ ਇਹਦਾ ਰਾਈਟ ਆਨਸਰ ਹੈ ਜੀ ਬਿਜਲੀ ਮੋਟਰ ਕੀ ਕਰਦੀ ਹੈ ਬਿਜਲੀ ਊਰਜਾ ਨੂੰ ਯੰਤਰੀ ਊਰਜਾ ਦੇ ਵਿੱਚ ਪਰਿਵਰਤਿਤ ਕਰਦੀ ਹੈ ਨੈਕਸਟ ਕੁਐਸਚਨ ਨੰਬਰ 6 ਹੈ ਘਰੇਲੂ ਬਿਜਲੀ ਉਪਕਰਨਾ ਨੂੰ ਸ਼ਾਰਟ ਸਰਕਟ ਅਤੇ ਓਵਰਲੋਡਿੰਗ ਤੋਂ ਬਚਾਉਣ ਦਾ ਸਭ ਤੋਂ ਮਹੱਤਵਪੂਰਨ ਉਪਾਏ ਕੀ ਹੈ ਜੀ ਭੌਸੰਪਰਕ ਜਿਹਨੂੰ ਅਸੀਂ ਕਹਿੰਦੇ ਆ ਜੀ আর্থਿੰਗ ਫਿਊਜ਼ ਦੀ ਵਰਤੋਂ ਸਟੈਪਲਾਈਜ਼ਰ ਦੀ ਵਰਤੋਂ ਤੇ ਬਿਜਲੀ ਮੋਟਰ ਦੀ ਵਰਤੋਂ ਇਸ ਦਾ ਰਾਈਟ ਆਨਸਰ ਆ ਜਾਏਗਾ ਜੀ ਭੌਸੰਪਰਕ ਜਿਹਨੂੰ ਅਸੀਂ ਕਹਿੰਦੇ ਆ ਜੀ আর্থਿੰਗ ਨੈਕਸਟ ਕੁਐਸਚਨ ਨੰਬਰ 7 ਹੈ ਜੀ ਪ੍ਰੇਰਿਤ ਬਿਜਲੀ ਕਰੰਟ ਦੀ ਦਿਸ਼ਾ ਨੂੰ ਪਤਾ ਕੀਤਾ ਜਾ ਸਕਦਾ ਹੈ ਫਲੇਮਿੰਗ ਦੇ ਸੱਜੇ ਹੱਥ ਦੇ ਨਿਯਮ ਦੇ ਕਾਰਨ ਫਲੇਮਿੰਗ ਦੇ ਖੱਬੇ ਹੱਥ ਦੇ ਨਿਯਮ ਦੇ ਕਾਰਨ ਸੱਜਾ ਹੱਥ ਅੰਗੂਠਾ ਨਿਯਮ ਜਾਂ ਖੱਬਾ ਹੱਥ ਅੰਗੂਠਾ ਨਿਯਮ ਤੁਸੀਂ ਰਾਈਟ ਆਨਸਰ ਫਲੇਮਿੰਗ ਦੇ ਸੱਜੇ ਹੱਥ ਦੇ ਨਿਯਮ ਦੇ ਨਾਲ ਨੈਕਸਟ ਕੁਐਸਚਨ ਹੈ ਭੌਤਾ ਦੇ ਕਿਹੜੇ ਰੰਗ ਦਾ ਬਿਜਲੀ ਰੋ ਦੀ ਕਵਚ ਹੁੰਦਾ ਹੈ আর্থਿੰਗ ਵਾਇਰ ਜੀ ਨੀਲਾ ਹਰਾ ਲਾਲ ਹਰਾ ਕਾਲਾ ਇਜ਼ ਦਾ ਰਾਈਟ ਆਨਸਰ ਹੈ ਜੀ ਹਰਾ ਕੁਐਸਚਨ ਨੰਬਰ 9 ਹੈ ਬਿਜਲੀ ਦੇ ਚੁੰਬਕੀ ਪ੍ਰਭਾਵ ਦੀ ਖੋਜ ਕੀਤੀ ਸੀ ਔਰਸਟਡ ਨੇ ਫੈਰਡੇ ਨੇ ਬੋਹਰ ਨੇ ਐਂਪੀਅਰ ਨੇ ਇਜ਼ ਦਾ ਰਾਈਟ ਆਨਸਰ ਹੈ ਜੀ ਔਰਸਟਡ ਨੇ ઓਰਸਟੈਡ ਇੱਕ ਪਹਿਲਾ ਵਿਗਿਆਨਿਕ ਸੀ ਜਿਸ ਨੇ ਵਿਗਿਆਨਿਕ ਤੌਰ ਤੇ ਸਿੱਧ ਕੀਤਾ ਸੀ ਕਿ ਬਿਜਲੀ ਧਾਰਾ ਪ੍ਰਵਾਹਿਤ ਹੋਣ ਵਾਲੇ ਚਾਲਕ ਦੇ ਚਾਰੇ ਪਾਸੇ ਚੁੰਬਕੀ ਖੇਤਰ ਉਤਪਨ ਹੁੰਦਾ ਹੈ ਨੈਕਸਟ ਕੁਐਸਚਨ ਨੰਬਰ 10 ਹੈ ਚੁੰਬਕ ਦੇ ਅੰਦਰ ਬਲ ਰੇਖਾਵਾਂ ਦੀ ਦਿਸ਼ਾ ਹੁੰਦੀ ਹੈ ਉਤਰੀ ਦਰੁਪ ਤੋਂ ਦੱਖਣੀ ਦਰੁਬਲ ਦੱਖਣੀ ਦਰੁਭ ਤੋਂ ਉਤਰੀ ਦਰੁਵਲ ਦੱਖਣੀ ਦਰੁਭ ਤੋਂ ਪਰਾਵਲ ਜਾਂ ਉਤਰੀ ਦਰੁਭ ਤੋਂ ਪਰਾਵਲ ਤੁਸ ਦਾ ਰਾਈਟ ਆਨਸਰ ਹੈ ਜੀ ਦੱਖਣੀ ਦਰੁਭ ਤੋਂ ਉਤਰੀ ਦਰੋਵਲ ਕੁਐਸਚਨ ਨੰਬਰ 11 ਸਰਕਟ ਵਿੱਚ ਕਰੰਟ ਦੀ ਮੌਜੂਦਗੀ ਦਾ ਪਤਾ ਕਰਨ ਲਈ ਕਿਹੜਾ ਉਪਕਰਣ ਦੀ ਵਰਤੋਂ ਕੀਤੀ ਜਾਂਦੀ ਹੈ ਜੀ ਵੋਲਟਮੀਟਰ ਗਲਵੈਨੋਮੀਟਰ ਮੋਟਰ ਜਨਰੇਟਰ ਥਿਸ ਇਜ਼ ਦਾ ਰਾਈਟ ਆਨਸਰ ਹੈ ਜੀ ਗਲਵੈਨੋਮੀਟਰ ਕੁਐਸਚਨ ਨੰਬਰ 12 ਇਨਾਂ ਵਿੱਚੋਂ ਕਿਹੜਾ ਪਦਾਰਥ ਇੱਕ ਸ਼ਕਤੀਸ਼ਾਲੀ ਚੁੰਬਕ ਬਣੇਗਾ ਐਲੂਮੀਨੀਅਮ ਨਰਮ ਲੋਹਾ ਤਾਂਬਾ ਸਟੀਲ ਇਜ਼ ਦਾ ਰਾਈਟ ਆਨਸਰ ਹੈ ਜੀ ਨਰਮ ਲੋਹਾ ਸੌਫਟ ਆਇਰਨ ਕੁਐਸਚਨ ਨੰਬਰ 13 ਹੇਠ ਲਿਖਿਆ ਵਿੱਚੋਂ ਕਿਹੜੀ ਸਿੱਧੀ ਧਾਰਾ ਦਾ ਸਰੋਤੇ ਖੁਸ਼ਕ ਸਲ ਬਟਨ ਸੈਟ ਬੈਟਰੀ ਉਪਰੋਕਤ ਸਾਰੇ ਇਸ ਦਾ ਰਾਈਟ ਆਨਸਰ ਹੈ ਜੀ ਉਪਰੋਕਤ ਸਾਰੇ ਸਿੱਧੀ ਧਾਰਾ ਨੂੰ ਅਸੀਂ ਕਹਿੰਦੇ ਜੀ ਡਾਇਰੈਕਟ ਕਰੰਟ ਕੁਐਸਚਨ ਨੰਬਰ 14 ਚੁੰਬਕੀ ਬਲ ਰੇਖਾਵਾਂ ਦਾ ਆਕਾਰ ਹਮੇਸ਼ਾ ਸਿੱਧੀਆਂ ਰੇਖਾਵਾਂ ਵਕਰ ਬੰਦ ਵਕਰ ਜਾਂ ਤ੍ਰਿਕੋਣੀ ਇਸ ਦਾ ਰਾਈਟ ਆਨਸਰ ਹੈ ਜੀ ਬੰਦ ਕਵਰ ਚੁੰਬਕੀ ਚੁੰਬਕੀ ਬਲ ਰੇਖਾਵਾਂ ਦਾ ਜਿਹੜਾ ਆਕਾਰ ਹੈ ਹਮੇਸ਼ਾ ਬੰਦ ਵਕਰ ਦੀ ਤਰ੍ਹਾਂ ਹੁੰਦਾ ਹੈ। ਨੈਕਸਟ ਪ੍ਰਸ਼ਨ ਨੰਬਰ 15 ਇਨ੍ਹਾਂ ਵਿੱਚੋਂ ਕਿਹੜਾ ਚੁੰਬਕੀ ਖੇਤਰ ਉਤਪੰਨ ਕਰ ਸਕਦਾ ਹੈ? ਬਿਜਲੀ ਚੁੰਬਕ, ਛੜ ਚੁੰਬਕ, ਸੋਲੇਨੋਇਡ ਜਾਂ ਉਪਰੋਕਤ ਸਾਰੇ। ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਡੀ ਹੈ। ਉਪਰੋਕਤ ਸਾਰੇ। ਕੁਐਸਚਨ ਨੰਬਰ 16 ਸੋਲਨੋਇਡ ਦੁਆਰਾ ਉਤਪੰਨ ਚੁੰਬਕੀ ਖੇਤਰ ਦੀ ਪ੍ਰਵਲਤਾ ਇਨ੍ਹਾਂ ਵਿੱਚੋਂ ਕਿਹੜੇ ਕਾਰਨਾਂ ਤੇ ਨਿਰਭਰ ਕਰਦੀ ਹੈ ਕੁੰਡਲੀ ਦੀ ਸੰਖਿਆ ਦੇ ਉੱਤੇ ਕਰੰਟ ਦੀ ਪ੍ਰਵਲਤਾ ਦੇ ਉੱਪਰ ਸੋਲਨੋਇਡ ਵਿੱਚ ਮੌਜੂਦ ਪਦਾਰਤ ਦੇ ਉੱਤੇ ਜਾਂ ਉਪਰੋਕਤ ਸਾਰੇ ਇਸ ਆ ਰਾਈਟ ਆਨਸਰ ਹੈ ਜੀ ਉਪਰੋਕਤ ਸਾਰੇ ਜਿਹੜੇ ਤੱਤ ਹੈ ਸੋਲਨੋਇਡ ਦੁਆਰਾ ਉਤਪੰਨ ਚੁੰਬਕੀ ਖੇਤਰ ਦੀ ਪ੍ਰਵਲਤਾ ਨੂੰ ਉਤੇ ਨਿਰਭਰ ਕਰਦੇ ਹਨ ਇਹ ਕਾਗਿਆ ਜੀ ਕੁੰਡਲੀ ਦੀ ਸੰਖਿਆ ਦੇ ਉੱਪਰ ਉਸ ਦੇ ਵਿੱਚ ਕਰੰਟ ਦੀ ਪ੍ਰਭਲਤਾ ਦੇ ਉੱਤਰ ਔਰ ਸੋਲੀਨਾਈਡ ਵਿੱਚ ਮੌਜੂਦ ਪਦਾਰਤ ਠੀਕ ਹੈ ਜੀ ਨੈਕਸਟ ਕੁਐਸਚਨ ਨੰਬਰ 17 ਹੈ ਖੇਠ ਲਿਖਿਆਂ ਵਿੱਚੋਂ ਕਿਹੜੇ ਚੁੰਬਕੀ ਬਲ ਰੇਖਾਵਾਂ ਦੇ ਗੁਣ ਨਹੀਂ ਹਨ ਇਹ ਉੱਤਰੀ ਦਰੂਪ ਤੋਂ ਸ਼ੁਰੂ ਹੋ ਕੇ ਦੱਖਣੀ ਦਰੂਪ ਤੇ ਖਤਮ ਹੁੰਦੀਆਂ ਹਨ ਇਹ ਇੱਕ ਦੂਜੇ ਨੂੰ ਕੱਟਦੀਆਂ ਹਨ ਇਹ ਬੰਦ ਵਕਰ ਹੁੰਦੀਆਂ ਹਨ ਉਪਰੋਕਤ ਸਾਰੇ ਦਾ ਰਾਈਟ ਆਨਸਰ ਹੈ ਜੀ ਵੀ ਇਹ ਇੱਕ ਦੂਜੇ ਨੂੰ ਕੱਟ ਸਕਦੀਆਂ ਹਨ ਇਹ ਗਲਤ ਹੈ ਜੀ ਕੁਐਸਚਨ ਨੰਬਰ 17 ਇਹ ਇੱਕ ਦੂਜੇ ਨੂੰ ਕੱਟ ਸਕਦੀਆਂ ਹਨ ਨੈਕਸਟ ਹੈ ਕੁਐਸਚਨ ਨੰਬਰ 18 ਸ਼ਾਰਟ ਸਰਕਟ ਦੇ ਸਮੇਂ ਬਿਜਲੀ ਧਾਰਾ ਨੂੰ ਕੀ ਹੁੰਦਾ ਹੈ ਸ਼ਾਰਟ ਸਰਕਟ ਸਮੇਂ ਬਿਜਲੀ ਧਾਰਨ ਕੀ ਹੁੰਦਾ ਹੈ ਕਿ ਕਰੰਟ ਕਾਫੀ ਘਟ ਜਾਂਦਾ ਹੈ ਕੋਈ ਬਦਲਾਵ ਨਹੀਂ ਹੁੰਦਾ ਜਾਂ ਕਰੰਟ ਕਾਫੀ ਵਧ ਜਾਂਦਾ ਹੈ ਜਾਂ ਲਗਾਤਾਰ ਬਦਲਾਵ ਹੁੰਦਾ ਰਹਿੰਦਾ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਜੀ অপਸ਼ਨ ਸੀ ਕਾਫੀ ਵਧ ਜਾਂਦਾ ਹੈ ਸ਼ਾਰਟ ਸਰਕਟ ਸਮੇਂ ਬਿਜਲੀ ਧਾਰਾ ਦਾ ਜਿਹੜਾ ਕਰੰਟ ਹੈ ਉਹ ਕਾਫੀ ਵੱਧ ਜਾਂਦਾ ਹੈ ਉਸ ਤੋਂ ਬਾਅਦ ਬਿਜਲੀ ਕਰੰਟ ਪੈਦਾ ਕਰਨ ਵਾਲਾ ਜੰਤਰ ਜਨਰੇਟਰ ਹੈ ਗਲਵੈਨੋਮੀਟਰ ਹੈ ਐਂਪੀਅਰਮੀਟਰ ਹੈ ਮੋਟਰ ਹੈ ਦੋ ਇਸ ਦਾ ਰਾਈਟ ਆਨਸਰ ਹੈ ਜੀ ਜਨਰੇਟਰ ਕੁਐਸਚਨ ਨੰਬਰ ਵੀ ਹੈ ਸੰਗਨੀਆਂ ਚੁੰਬਕੀય ਬਲ ਰੇਖਾਵਾਂ ਦਰਸਾਉਂਦੀਆਂ ਹਨ ਪ੍ਰਵਲ ਚੁੰਬਕੀ ਖੇਤਰ ਕਮਜ਼ੋਰ ਚੁੰਬਕੀ ਖੇਤਰ ਜਾਂ ਇੱਕ ਸਮਾਨ ਚੁੰਬਕੀ ਖੇਤਰ ਜਾਂ ਇਹਨਾਂ ਵਿੱਚ ਕੋਈ ਨਹੀਂ ਇਹਦਾ ਰਾਈਟ ਆਨਸਰ ਆ ਜਾਏਗਾ ਜੀ ਪ੍ਰਭਲ ਚੁੰਬਕੀ ਖੇਤਰ ਤੋਂ ਫਰੈਂਡਸ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਇਹਦੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਜਰੂਰ ਕਰਨਾ ਅਗਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੈ ਹਿੰਦ